ਜੀ ਆਪਾਂ ਉਹਨਾਂ ਨੇ ਪਹਿਲੇ ਪਰ ਵੱਡੇ ਚੈੱਕ ਕਰਾਈਆਂ ਹੈਗੀਆਂ ਅਤੇ ਲੈ ਕੇ ਆਏ ਦੋ ਤਿੰਨ ਵਾਰ ਅਤੇ ਉਹਨਾਂ ਨੇ ਦੱਸਿਆ ਹੈਗਾ ਕਿ 12 ਤਾਰੀਖ ਨੂੰ ਬੱਚਾ ਹੋ ਜਾਣਾ ਹੈ ਅਤੇ ਅੱਜ ਦਰਦ ਦੇ ਮੱਚਿਆ ਅਤੇ ਮੈਂ ਲੈ ਕੇ ਆਇਆ ਹੁਣੀ ਭਾਈ ਰਾਤ 'ਚ ਹੀ ਹੋ ਗਿਆ ਬੱਚਾ। ਅਤੇ ਡਾਕਟਰਾਂ ਨੇ ਕੀ ਕਿਹਾ ਤੁਹਾਨੂੰ? ਉਹਨਾਂ ਨੇ ਤਾਂ ਆਹੀ ਦੱਸਿਆ ਹੈਗਾ ਕਿ ਤੁਸੀਂ ਪਹਿਲੇ ਲੈ ਕੇ ਆ ਜਾਂਦੇ, ਮੈਂ ਤੁਸੀਂ ਟਾਈਮ ਸਾਨੂੰ ਦੱਸਿਆ ਹੈਗਾ ਉਹੀ ਟਾਈਮ 'ਤੇ ਲੈ ਕੇ ਆਉਣੇ, ਅੱਜ ਦਰਦ ਮੱਚ ਲਿਆ ਅਤੇ ਮੈਂ ਲੈ ਕੇ ਆ ਗਿਆ। ਆਪਣਾ ਨਾਮ ਬਤਾ ਦੇ ਹਿੰਦੀ 'ਚ ਬੋਲੋ। ਅਮਨ ਕੁਮਾਰ। ਹਾਂਜੀ, ਕੀ ਹੋਇਆ ਸੀ ਸਾਰਾ? ਹਾਂਜੀ ਭਾਅ ਜੀ, ਕਿਹੜੀ ਜਗ੍ਹਾ ਰਹਿੰਦੇ ਹੋ? ਜੋੜੇ ਫਾਟਕ ਦਸ਼ਮੇਸ਼ ਨਗਰ। ਕਿਹੜੀ ਜਗ੍ਹਾ ਪਹੁੰਚੇ ਅਤੇ ਕੀ ਹੋਇਆ? ਭਾਅ ਜੀ ਆਪਾਂ ਉਹਨਾਂ ਨੇ ਪਹਿਲੇ ਪਰ ਵੱਡੇ ਚੈੱਕ ਕਰਾਈਆਂ ਹੈਗੀਆਂ ਅਤੇ ਲੈ ਕੇ ਆਏ ਦੋ ਤਿੰਨ ਵਾਰ ਅਤੇ ਉਹਨਾਂ ਨੇ ਦੱਸਿਆ ਹੈਗਾ ਕਿ 12 ਤਾਰੀਖ ਨੂੰ ਬੱਚਾ ਹੋ ਜਾਣਾ ਹੈ ਅਤੇ ਅੱਜ ਦਰਦ ਮੱਚਿਆ ਅਤੇ ਮੈਂ ਲੈ ਕੇ ਆਇਆ ਹੁਣੀ ਭਾਈ ਰਾਤ 'ਚ ਹੀ ਹੋ ਗਿਆ ਬੱਚਾ। ਰਸਤੇ 'ਚ ਹੀ ਹੋ ਗਿਆ? ਹਾਂਜੀ। ਠੀਕ ਨੇ ਤਾਂ? ਹਾਂਜੀ ਹਾਂਜੀ। ਅਤੇ ਡਾਕਟਰਾਂ ਨੇ ਕੀ ਕਿਹਾ ਤੁਹਾਨੂੰ? ਉਹਨਾਂ ਨੇ ਤਾਂ ਆਹੀ ਦੱਸਿਆ ਹੈਗਾ ਕਿ ਤੁਸੀਂ ਪਹਿਲੇ ਲੈ ਕੇ ਆ ਜਾਂਦੇ, ਮੈਂ ਤੁਸੀਂ ਟਾਈਮ ਸਾਨੂੰ ਦੱਸਿਆ ਹੈਗਾ ਉਹੀ ਟਾਈਮ 'ਤੇ ਲੈ ਕੇ ਆਉਣੇ, ਅੱਜ ਦਰਦ ਮੱਚ ਲਿਆ ਅਤੇ ਮੈਂ ਲੈ ਕੇ ਆ ਗਿਆ। 12 ਤਰੀਕ ਦੱਸਣ ਤੋਂ ਬਾਅਦ ਅੱਜ 7-8 ਦਿਨ ਪਹਿਲੇ ਹੀ ਇਹ? ਹਾਂਜੀ ਹਾਂਜੀ। ਡਾਕਟਰ ਦਿਨ ਗਿੰਦੀ ਹੈ ਕੋਈ ਗਲਤੀ ਦੱਸਿਆ? ਆਹ ਠੀਕ ਨੇ ਹੁਣ ਦੋਵੇਂ? ਠੀਕ। ਹਾਂਜੀ ਹਾਂਜੀ ਭਾਅ ਜੀ, ਠੀਕ ਹੈ।